ਸ਼ਸ਼ੀ ਗਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਕਾਂਸਟੇਬਲ ਦਾ ਜੋ ਰਿਜ਼ਲਟ ਹੈ ਉਹ ਆ ਚੁੱਕਿਆ ਹੈ ਕੱਟਆਫ ਹੈ ਜੋ ਆ ਚੁੱਕਿਆ ਉਸ ਤੋਂ ਜੋ ਅਗਲੀ ਪ੍ਰੋਸੈਸ ਹੈ ਉਹ ਤੁਹਾਡਾ ਮੈਡੀਕਲ ਹੈ ਤੇ ਬਹੁਤ ਵੀਰਾਂ ਦੇ ਮੈਸੇਜ ਆਏ ਵੀ ਮੈਡੀਕਲ ਬਾਰੇ ਦੱਸਿਆ ਜਾ ਵੀ ਮੈਡੀਕਲ ਦੇ ਵਿੱਚ ਕੀ ਕੁਝ ਹੁੰਦਾ ਹੈਗਾ ਤੇ ਕਿੱਦਾਂ ਹੁੰਦਾ ਹੈ ਮੈਡੀਕਲ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਮੈਡੀਕਲ ਬਾਰੇ ਦੱਸਾਂਗੇ ਸૌ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਕਿ ਜੋ ਇਸ ਦਾ ਮੈਡੀਕਲ ਆ ਉਹ ਬਿਲਕੁਲ ਸਿੰਪਲ ਹੁੰਦਾ ਹੈਗਾ ਤੁਹਾਨੂੰ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ ਨੀ ਜੀ ਜਦੋਂ ਸਾਡਾ ਮੈਡੀਕਲ ਹੋਇਆ ਦੀਗਾ ਤਾਂ ਅਸੀਂ ਵੀ ਸਾਨੂੰ ਦੱਸਿਆ ਦੀਗਾ ਜੋ ਸਾਡੇ ਸੀਨੀਅਰ ਸੀ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਡਾ ਜੋ ਮੈਡੀਕਲ ਹੈਗਾ ਉਹ 100% ਕਲੀਅਰ ਹੋ ਹੀ ਜਾਣਾ ਪਰ ਫਿਰ ਵੀ ਬੰਦੇ ਨੂੰ ਅੰਦਰੋਂ ਡਰਤਾ ਹੁੰਦੀ ਹੈ ਵੀ ਪਤਾ ਨਹੀਂ ਕੀ ਕੁਝ ਹੋਣਾ ਮੈਡੀਕਲ ਦੇ ਵਿੱਚ ਪਤਾ ਨਹੀਂ ਕਲੀਅਰ ਹੋਵੇਗਾ ਜਾਂ ਨਹੀਂ ਜੇ ਹੁਣ ਮੈਂ ਤੁਹਾਨੂੰ ਵੀ ਕਾਂ ਕਿ ਤੁਸੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਹਾਡਾ ਮੈਡੀਕਲ ਸਾਰਿਆਂ ਦਾ ਕਲੀਅਰ ਹੋ ਹੀ ਜਾਣਾ ਪਰ ਤੁਹਾਨੂੰ ਵੀ ਹੋਣੀ ਤਾਂ ਹੈਗੀ ਹੈ ਕਿਉਂਕਿ ਜਦੋਂ ਬੰਦੇ ਦੇ ਨਾਲ ਆਪਰਦੀ ਆਇਆ ਜਾਂ ਜਦੋਂ ਬੰਦੇ ਦਾ ਮੈਡੀਕਲ ਹੁੰਦਾ ਤਾਂ ਉਦੋਂ ਹੀ ਪਤਾ ਲੱਗਦਾ ਉਹਨੂੰ ਵੀ ਮੈਡੀਕਲ ਦੇ ਵਿੱਚ ਕੀ ਕੁਝ ਹੁੰਦਾ ਹੈ। ਤਾਂ ਸਾਡੇ ਨਾਲ ਸਾਡਾ ਮੈਡੀਕਲ ਕਿਸ ਤਰ੍ਹਾਂ ਦਾ ਹੋਇਆ ਸੀਗਾ। ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਸਾਂਝੀ ਕਰਦੇ ਆਂ। ਮੈਡੀਕਲ ਦੇ ਵਿੱਚ ਕੀ ਹੁੰਦਾ ਸਭ ਤੋਂ ਪਹਿਲਾਂ 3 ਮੈਨ ਟੈਸਟ ਹੁੰਦਾ ਜਿਹੜੇ ਬਲੱਡ ਟੈਸਟ ਬਲੱਡ ਟੈਸਟ ਹੁੰਦਾ ਬਲੱਡ ਟੈਸਟ ਦੇ ਵਿੱਚ ਉਹ ਇਹ ਚੈੱਕ ਕਰਦੇ ਨੇ ਵੀ ਤੁਹਾਡੇ ਸਰੀਰ ਨੂੰ ਕੋਈ ਗੰਭੀਰ ਬਿਮਾਰੀ ਨਾ ਹੋਵੇ, ਐਚ ਆਈ ਵੀ ਵਗੈਰਾ ਜਾਂ ਕੁਝ ਹੋਰ ਬਿਮਾਰੀਆਂ ਹੁੰਦੀਆਂ ਨੇ ਜੋ ਤੇ ਦੂਸਰਾ ਜੋ ਟੈਸਟ ਹੈ ਉਹ ਆਪਣਾ ਈ ਸੀ ਜੀ। ਇਸੀ ਜੋ ਆਪਣੀ ਉਹ ਹਾਰਟ ਦੀ ਹੁੰਦੀ ਹੈ ਜਿਹਨੂੰ ਆਪਾਂ ਇਲੈਕਟ੍ਰੋਕਾਰਡੀਓਗ੍ਰਾਮ ਵੀ ਕਹਿ ਦਿੰਦੇ ਆ ECG ਜੋ ਤੁਹਾਡੇ ਹਾਰਟ ਦੀ ਬਿਲਕੁਲ ਸਹੀ ਆਉਣੀ ਚਾਹੀਦੀ ਹੈ ਤੇ ਜੋ ਤੀਸਰਾ ਟੈਸਟ ਹੈ ਉਹ ਹੈ ਆਈ ਟੈਸਟ ਅੱਖਾਂ ਦਾ ਟੈਸਟ ਇਸ ਦੇ ਵਿੱਚ ਕੀ ਹੁੰਦਾ ਹੈਗਾ ਇਸ ਦੇ ਵਿੱਚ ਇੱਕ ਦਾ ਕਲਰ ਬਲਾਈਂਡਨੈਸ ਦਾ ਟੈਸਟ ਲੈ ਜਾਂਦਾ ਤੇ ਦੂਸਰਾ ਇੱਕ ਬੋਰਡ ਲੱਗਿਆ ਹੁੰਦਾ ਜਿਹਦੇ ਉੱਪਰ ਅੱਖਰ ਲਿਖੇ ਹੁੰਦੇ ਆ A B C ਦੇ ਉਦੇ ਉੱਪਰ ਉਹਨਾਂ ਕੋਲ ਇੱਕ ਸਟਿਕ ਹੁੰਦੀ ਹੈ ਉਹਦੇ ਉੱਪਰ ਹੱਥ ਰੱਖਦੇ ਵੀ ਦੱਸੋ ਇੱਕੀਲ ਹੈਗਾ ਸਭ ਤੋਂ ਪਹਿਲਾਂ ਸਭ ਤੋਂ ਵੱਡੇ ਅੱਖਰ ਹੁੰਦਾ ਫਿਰ ਇਹਦੇ ਛੋਟੇ ਫਿਰ ਇਹਦੇ ਛੋਟੇ ਇਹ ਬਿਲਕੁਲ ਉਦਾਂ ਹੀ ਹੁੰਦਾ ਟੈਸਟ ਜਿੱਦਾਂ ਆਪਾਂ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਜਾਂਦੇ ਆ ਉੱਥੇ ਜਿਸ ਤਰ੍ਹਾਂ ਦਾ ਟੈਸਟ ਲਿਆ ਜਾਂਦਾ ਆਪਣਾ ਅੱਖਾਂ ਦਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਸੇਮ ਟੈਸਟ ਹੈ ਜੋ ਉਹ ਇੱਥੇ ਹੁੰਦਾ ਹੈਗਾ ਸੋ ਸਗੋਂ ਮੈਂ ਤਾਂ ਇਹ ਕਹੂੰਗਾ ਵੀ ਉਹਦੇ ਨਾਲੋਂ ਵੀ ਸਿੰਪਲ ਹੁੰਦਾ ਟੈਸਟ ਇੱਥੇ ਇਹ ਜੋ ਤਿੰਨ ਟੈਸਟ ਨੇ ਉਹ ਮੇਨ ਟੈਸਟ ਹੁੰਦੇ ਹੈਗੇ ਇਸ ਤੋਂ ਇਲਾਵਾ ਤੁਹਾਡਾ ਕੰਨਾਂ ਦਾ ਗਲੇ ਦਾ ਤੇ ਨੱਕ ਦਾ ਜੋ ਹੈ ਚੈੱਕ ਅਪ ਕੀਤਾ ਜਾਂਦਾ ਹੈ ਜੋ ਕਿ ਬਿਲਕੁਲ ਹੀ ਸਿੰਪਲ ਹੁੰਦਾ ਹੈ ਲਗਭਗ ਸਾਰਿਆਂ ਦੇ ਹੀ ਕਲੀਅਰ ਹੋ ਜਾਂਦਾ ਉਹ ਤੇ ਇਸ ਤੋਂ ਇਲਾਵਾ ਤੁਹਾਡੇ ਜੋ ਹੈ ਹੱਥ ਪੈਰ ਦੇਖੇ ਜਾਣਗੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਦੇਖੇ ਜਾਣਗੀਆਂ ਤੁਹਾਡੇ ਗੁੱਡ ਚੈੱਕ ਕੀਤੇ ਜਾਂਦਾ ਵੀ ਪਰਦੇ ਤਾਂ ਨਹੀਂ ਤੇ ਇਸ ਤੋਂ ਇਲਾਵਾ ਇੱਕ ਤੁਹਾਡਾ ਜੋ ਹੈ ਯੂਰੀਨ ਟੈਸਟ ਕੀਤਾ ਜਾਂਦਾ ਹੈ ਉਹਦੇ ਵਿੱਚ ਦੇਖਿਆ ਜਾਂਦਾ ਵੀ ਤੁਹਾਡੀ ਕਿਡਨੀ ਦੇ ਵਿੱਚ ਕੋਈ ਕਿਸ ਤਰ੍ਹਾਂ ਦੀ ਇਨਫੈਕਸ਼ਨ ਤਾਂ ਨਹੀਂ ਜਾਂ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਬਸ ਇਹ ਸਭ ਕੁਝ ਹੈ ਜੋ ਇਹਨੇ ਟੈਸਟ ਹੀ ਹੁੰਦੇ ਨੇ ਪੰਜਾਬ ਪੁਲਿਸ ਕਾਂਸਟੇਬਲ ਦੇ ਮੈਡੀਕਲ ਦੇ ਵਿੱਚ ਜੋ ਪੰਜਾਬ ਪੁਲਿਸ ਕਾਂਸਟੇਬਲ ਦਾ ਮੈਡੀਕਲ ਹੈ ਇਹ ਲਗਭਗ ਸਾਰਿਆਂ ਦਾ ਹੀ ਕਲੀਅਰ ਹੋ ਜਾਂਦਾ ਹੈਗਾ ਜੇ ਕਿਸੇ ਦੇ ਕੋਈ ਛੋਟੀ ਮੋਟੀ ਪ੍ਰੋਬਲਮ ਹੈ ਤਾਂ ਉਹਨੂੰ ਜਿਆਦਾ ਤਾਂ ਉਸ ਨੂੰ ਇਗਨੋਰ ਕਰ ਦਿੱਤਾ ਜਾਂਦਾ ਹੈਗਾ ਜਦੋਂ ਸਾਡਾ ਮੈਡੀਕਲ ਟੈਸਟ ਹੋਇਆ ਦੀ ਤਾਂ ਸਾਡੇ ਲਗਭਗ ਸਾਰੇ ਜਣਾਂ ਦਾ ਹੀ ਮੈਡੀਕਲ ਹੈ ਜੋ ਕਲੀਅਰ ਹੋ ਗਏ ਸੀਗਾ ਕਿਉਂਕਿ ਇਹ ਮੈਡੀਕਲ ਜਿਆਦਾ ਟਾਪ ਨਹੀਂ ਹੁੰਦਾ ਮੈਡੀਕਲ ਇਹ ਸਿੰਪਲ ਹੀ ਹੁੰਦਾ ਹੈਗਾ ਤੋਂ ਜਿਆਦਾ ਟੈਨਸ਼ਨ ਨਹੀਂ ਲੈਣੀ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਗੁੱਡ ਲੱਕ ਹੈਗੀ ਕਿ ਤੁਸੀਂ ਜਲਦੀ ਆਓ ਤੇ ਸਾਡੀ ਫੋਰਸ ਨੂੰ ਜੁਆਇਨ ਕਰੋ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਵੀ ਲੈਣੀ ਹੈ ਕਿਸੇ ਪ੍ਰੋਸੈਸ ਦੇ ਬਾਰੇ ਪੰਜਾਬ ਪੁਲਿਸ ਕਨਸਟੇਬਲ ਦੇ ਬਾਰੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਕਹਿ ਸਕਦੇ ਹੋ ਵੀ ਇਸ ਦੇ ਸਬੰਧ ਵਿੱਚ ਅਸੀਂ ਵੀਡੀਓ ਵੀ ਬਣਾ ਸਕਦੇ ਹਾਂ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ